ਓ ਯਾਰ ਉਸਮਾਨ ਪੁੱਤਰ ਕਿਉਂ ਪਰੇਸ਼ਾਨ ਬੈਠਾ ਹੈ ਤੇ ਨਾਲੇ ਇੱਕ ਗੱਲ ਤੇ ਦੱਸ ਇਹ ਕੀ ਪੁਰਾਣੇ ਜ਼ਮਾਨੇ ਦਾ ਲੋਟਾ ਜਿਆ ਨਾਲ ਲੈ ਕੇ ਲੱਗਾ ਫਿਰਦਾ ਹੈ ਯਾਰ papa ਗੁਲਾਬ ਸ਼ਾ ਮੈਂ ਜਾ ਰਿਆਂ ਸਾਂ ਜੰਗਲ ਵਿੱਚ ਤੇ ਉੱਥੇ ਵੈ ਮੈਨੂੰ ਲੋਟਾ ਮਿਲ ਗਿਆ ਤੇ ਮੈਂ ਇਸ ਨੂੰ ਚੁੱਕਿਆ ਤੇ ਘਰ ਲੈ ਕੇ ਆ ਗਿਆ ਇਨਾ ਬੜਾ ਹੀ ਗੰਦਾ ਹੈਗਾ ਸੀ ਮੈਂ ਸੋਚਿਆ ਇਸ ਨੂੰ ਧੋਣਾ ਸਾਫ਼ ਕਰਦਾ ਚਲੋ ਖੂਬ ਸੁੰਦਰ ਨਿਕਲ ਆਏਗਾ ਇਸ ਦੇ ਮੂਹ ਦੇ ਅੱਗੇ ਨਾ ਕਪੜਾ ਬਣਿਆ ਹੋਇਆ ਹੈਗਾ ਸੀ ਜਿਵੇਂ ਮੈਂ ਕਪੜਾ ਖੋਲਿਆ ਐਸ਼ ਦੇ ਵਿੱਚ ਵੇਖ ਜੇ ਨਾ ਨਿਕਲਿਆ ਜੇ ਨਾ ਮੈਨੂੰ ਕਹਿੰਦਾ ਮੈਂ ਪਿਛਲੇ 40 ਸਾਲ ਤੋਂ ਐ ਲੇ ਲੋਟੇ ਵਿੱਚ ਕੈਦ ਹੈਗਾ ਸਾ ਤੂੰ ਮੈਨੂੰ ਹਜ਼ਾਰ ਦਿੱਤਾ 10 ਮੇਰੇ ਵਾਸਤੇ ਕੀ ਹੁਕਮ ਹੈਗਾ ਮੈਂ ਸੋਚਿਆ ਇਸ ਦੇ ਕੋਲੋਂ ਕੋਈ ਚੰਗਾ ਜਿਹਾ ਕੰਮ ਲੈਣਾ ਮੈਂ ਉਸ ਨੂੰ ਕਿਹਾ ਮੇਰੇ ਕਾਰ ਤੂੰ ਲੈ ਕੇ ਦੁਬਈ ਤੱਕ ਛੜਕ ਬਣਾ ਦੇ ਮੈਨੂੰ ਕਹਿੰਦਾ ਇਹ ਨਹੀਂ ਕੋਈ ਆਸਾਨ ਕੰਮ ਦੱਸੋ ਫਿਰ ਮੈਂ ਆਸ ਨੂੰ ਕਿਆ ਮੇਰੇ ਪਾਪਾ ਗੁਲਾਬ ਸ਼ਾਹੀ بیوی ਨੂੰ ਉਸ ਦਾ ਫਰਮਾਬਰਦਾਰ ਬਣਾ ਦੇ ਵਾਹ ਜੀ ਵਾਹ ਅਗੂ ਮੈਨੂੰ ਕਹਿੰਦੇ ਛੜਕ ਸਿੰਗਲ ਬਣਾਨੀ ਹੈ ਕਿ ਡਬਲ